ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕੀ ਨਾਮ ਆ ਆਪਣਾ ਜੀ? ਨਾਮ ਵੀਰੇ ਜੱਗੀ ਸਿੰਘ, ਸਾਣੋ ਸੋਟਾ ਸਿੰਘ, ਵਪਾਰੀ। ਕਿਹੜਾ ਪਿੰਡ ਆ ਜੀ? ਪਿੰਡ ਕੁੰਬੜ ਵਾਲਾ ਜੀ। ਤੇ ਕੁੰਬੜ ਵਾਲਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਜੀ? ਹਾਂਜੀ, ਸੰਗਰੂਰ ਜ਼ਿਲ੍ਹੇ ਦਾ ਜੀ, ਇਹ ਲਾਸਟ ਤੇ ਆ ਗਿਆ ਆਪਣੇ ਤੇ ਬਰਨਾਲੇ ਜ਼ਿਲ੍ਹੇ ਦੇ ਨਾਲ ਲੱਗਦਾ। ਠੀਕ ਹੈ ਜੀ। ਤੇ ਆਪਾਂ ਨੂੰ ਨੇੜੇ ਵੱਡਾ ਸ਼ਹਿਰ ਧਨੌਲਾ ਜੀ? ਇਹ ਧਨੌਲਾ ਵੀ ਆਪਾਂ ਨੂੰ 12 ਕਿਲੋਮੀਟਰ ਦੂਰ ਪੈਂਦਾ ਜੀ, ਬਰਨਾਲਾ ਵੀ 10-12 ਕੁ ਪੈਂਦਾ ਗਾ। ਠੀਕ ਹੈ ਜੀ। ਜਿਹੜੀ ਆਪਾਂ ਹੁਣ ਆ ਕੈਮਰੇ ਦੇ ਉੱਤੇ ਝੋਟੀ ਦੇਖ ਰਹੇ ਹਾਂ, ਹਾਂਜੀ, ਇਹਦੀ ਡਰੇਲ ਕੀ ਹੈ ਜੀ? ਇਹ ਪਹਿਲਾਂ ਨਾਲ ਝੋਟੀ ਹੈ ਜੀ, ਮੂੰਹ ਉਹ 2 ਦਿਨ ਦਾ। ਠੀਕ ਹੈ। ਇਹ ਹਫ਼ਤਾ ਕਿਹਨੂੰ ਸੂਈ ਨੂੰ ਹੋ ਗਿਆ, ਇਸ ਟਾਈਮ ਦੁੱਧ 8 ਲੀਟਰ ਤੋਂ ਬਾਹਰ ਹੋ ਗਿਆ, ਆਰਾਮ ਨਾਲ 10 ਲੀਟਰ ਆਰਾਮ ਨਾਲ ਪਾ ਦੂਗੀ। ਤੇ ਸੇਲ ਵਾਸਤੇ ਵੀਰੇ? ਹਾਂਜੀ, ਸੇਲ ਕਰਨੀ ਆਪਾਂ। ਤੇ ਇਹਦਾ ਕੀ ਰੇਟ ਕੀ ਰਹੂਗਾ ਜੀ? ਰੇਟ ਬਾਈ ਆਪਾਂ 70-75 ਨਹੀਂ ਕਰਦੇ, ਆਪਾਂ 65,000 ਰੁਪਏ ਦੇ ਦੇਣੀ ਆ। ਠੀਕ ਹੈ ਜੀ। ਤੇ ਦੀਵਾਲੀ ਤੇ ਆਪਾਂ ਆਫਰ ਵੀ ਦਿੰਦੇ ਹਾਂ, ਅਗਲੇ ਨੂੰ 500 ਰੁਪਇਆ ਛੋਟ ਕਰਾਂਗੇ। ਤੇ 100 ਕਿਲੋਮੀਟਰ ਦੇ ਏਰੀਏ 'ਚ ਜੇ ਕੋਈ ਬਾਈ ਮੱਝ ਲੈਂਦਾ, 20 ਕਿਲੋਮੀਟਰ 50 ਕਿਲੋਮੀਟਰ ਤੱਕ ਕਿਰਾਇਆ ਆਪਾਂ ਪਹੁੰਚ ਫ੍ਰੀ ਕਰਾਂਗੇ। ਠੀਕ ਹੈ ਜੀ। ਰੇਟ 65,000 ਰੁਪਇਆ? 65,000 ਦੇ ਵਿੱਚੋਂ 500 ਰੁਪਇਆ ਛੋਟ, ਕਿਰਾਇਆ ਫ੍ਰੀ ਭੇਜਾਂਗੇ। ਕਿਰਾਇਆ ਫ੍ਰੀ ਭੇਜਾਂਗੇ। ਦੋਸਤੋ ਤੁਸੀਂ ਸੁਣ ਸਕਦੇ ਹੋ ਵੀ ਜੇ 100 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਵੀਰ ਇਹ ਝੋਟੀ ਨੂੰ ਖਰੀਦਦਾ, 2 ਦੰਦ ਝੋਟੀ ਆ ਵੀਰ ਕੋਲੇ, ਤੇ ਵੀਰ ਦਾ ਪਿੰਡ ਕੁੰਬੜਾ ਨੇੜੇ ਧਨੌਲੇ ਦੇ ਪੈ ਜਾਂਦਾ, ਜ਼ਿਲ੍ਹਾ ਸੰਗਰੂਰ ਜੀ। ਆਪਾਂ ਵੀਡੀਓ ਦੇ ਵਿੱਚ ਨੰਬਰ ਵੀ ਵੀਰ ਦਾ ਲਾਵਾਂਗੇ। 8 ਕਿਲੋ ਦੁੱਧ ਤੁਹਾਨੂੰ ਮੌਕੇ ਤੇ ਤਿਆਰ ਆ ਜੀ, 7-8 ਦਿਨਾਂ ਦਾ ਸੂਗਾ, ਮੇਲ ਕਾਫ ਜਿਹੜਾ ਬੱਚਾ ਗਾ ਕੱਟੀ ਦੇ ਨਾਲ ਕੱਟੀ ਆ ਦੋਸਤੋ, ਇਹ 2 ਦੰਦ ਆ। ਤੇ ਸਿੰਗ ਸੁੰਗ ਦੀ ਕੁਆਲਿਟੀ ਮੈਂ ਤੁਹਾਨੂੰ ਦਿਖਾਉਣਾ, ਥੋੜੀ ਜੀ ਕੈਮਰੇ ਨੂੰ ਦੇਖ ਕੇ ਡਰਦੀ ਆ, ਜਿਵੇਂ ਕਿ ਵੀਰ ਦੱਸਦਾ 8-7 ਦਿਨਾਂ ਦੀ ਸੂਈ ਹੋਈ ਆ। ਇੱਕ ਵੀਰ ਦੇ ਕੋਲੇ ਕੱਟੀ ਆ, ਉਹ ਸਾਹਮਣੇ ਇੱਕ ਵੱਡੀ ਝੋਟੀ ਖੜੀ ਦੇਖ ਸਕਦੇ ਹੋ ਤੁਸੀਂ, ਡਰਾਈ ਪੀਰੀਅਡ ਦੇ ਵਿੱਚ ਆ। ਵੀਰ ਕਹਿੰਦਾ ਚੰਗਾ ਦੁੱਧ ਦੀ ਮਾਲਕਣ ਆ ਗਈ, ਦੱਸਣ ਮੁਤਾਬਕ 14-15 ਕਿਲੋ ਦੁੱਧ ਤੋਕੜ ਨੇ ਕੱਢਿਆ ਜੀ। ਉਹਦੀ ਵੀਡੀਓ ਆਪਾਂ ਚੰਗੀ ਤਰ੍ਹਾਂ ਤੁਹਾਨੂੰ ਦਿਖਾਵਾਂਗੇ। ਉਹਦੀ ਇੱਕ ਕੱਟੀ ਆ ਜੀ, ਉਹਦੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਦਿੰਦੇ ਆ। ਆਹ ਨਾਲ ਖੜੀ ਆ, ਕੋਈ ਵੀਰ ਕੱਟੀ ਦਾ ਚਾਹਵਾਨ ਹੋਵੇ, ਮੋਹਰਾ ਨਸਲ ਦੀ ਪਿਓਰ ਜ਼ਡ+ ਕੱਟੀ ਆ। ਪੈਰਾਂ ਪੂਰਾਂ ਦੀ ਕੁਆਲਿਟੀ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਣਾ, ਥਣਾ ਥੁਣਾ ਦੀ ਬਿਲਕੁਲ ਓਕੇ ਆ, ਪਤਲੇ ਬਰੀਕ ਸਿੰਗ ਦੀ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਕੰਪੀਟੀਸ਼ਨ ਲੜਨ ਦੇ ਕਾਬਲ ਕੱਟੀ ਆ ਜੀ। ਇਹਦੀ ਕੱਟੀ ਦੀ ਡਿਟੇਲ ਕੀ ਆ ਵੀਰੇ? ਇਹ ਬਾਈ ਇਸ ਟਾਈਮ 10.5 ਮਹੀਨੇ ਦੀ ਕੱਟੀ ਆ। ਠੀਕ ਹੈ ਜੀ। ਤੇ ਮਾਝੇ ਦੀ ਮਾਂ 11 ਤਰੀਕ ਨੂੰ 8 ਮਹੀਨੇ ਦੀ ਕੱਢਣ ਹੋ ਜੂਗੀ। ਠੀਕ ਹੈ ਜੀ। ਤੇ ਤੋਕੜ ਮੈਂ ਲੈ ਕੇ ਆਈ ਸੀ ਹਰਿਆਣੇ 'ਚ, ਉਹਦੇ ਪਿੱਛੇ ਆਈ ਆ। 14 ਕਿਲੋ ਤੋਕੜ ਦਾ ਦੁੱਧ ਕੱਢਿਆ ਮੈਂ ਆਪਣੇ ਕੋਲ ਆ ਕੇ, ਤਾਜ਼ੀ 18-20 ਕਿਲੋ ਦੁੱਧ ਕੱਢਦੀ ਮੇਰੀ ਮਾਂ। 18-20 ਕਿਲੋ ਦੁੱਧ ਵਾਲੀ ਦੀ ਕੱਟੀ ਆ ਦੋਸਤੋ। ਮਾਂ ਵੀ ਜਿਹੜੀ ਸਬੂਤ ਨਾਲ ਖੜੀ ਆ, ਉਹ ਵੀਰ ਕਹਿੰਦਾ ਵੀ ਵੇਚਣੀ ਤਾਂ ਉਹ ਵੀ ਆ, ਪਰ ਉਹ ਅਸੀਂ ਤਿਆਰ ਕਰਕੇ ਵੇਚਣ ਦੇ ਚਾਹਵਾਨ ਨੇ, ਦੁੱਧ ਦੀ ਚੰਗੀ ਮਾਲਕ ਆ ਗਈ। ਤੇ ਕੱਟੀ ਦਾ ਰੇਟ ਕੀ ਰਹੂਗਾ ਵੀਰੇ? ਕੱਟੀ ਦਾ ਵੀਰੇ ਰੇਟ ਤਾਂ ਆਪਾਂ 45-40 ਵੀ ਕਰ ਦਾਂਗੇ, ਪਰ ਆਪਾਂ ਸਿਰਫ 35,000 ਰੁਪਏ ਦੀ ਦੇਣੀ ਹੈ। ਜਿਵੇਂ ਕਿ ਤੁਸੀਂ ਦੋਸਤੋ ਦੇਖ ਸਕਦੇ ਹੋ, ਜੇ ਤਾਂ ਕੋਈ ਰੇਟ ਕਰਾਉਣਾ ਗਾ ਵੀਰ ਨੇ ਕਿਸੇ ਨੇ, ਕਹਿੰਦਾ ਉਹ ਕਹਿੰਦਾ ਵੀਰ ਕਹਿੰਦਾ ਰੇਟ 40-45 ਕਿੰਨਾ ਮਰਜ਼ੀ ਕਰਾ ਲਓ, ਪਰ ਲੈਣ ਦੇਣ ਜਿਹੜਾ ਹੈਗਾ, ਕੱਟੀ ਦਾ ਮੋਹਰਾ ਨਸਲ ਦੀ ਕੱਟੀ ਆ ਚੰਗੇ ਰਿਕਾਰਡ ਦੀ ਜੀ, 35,000 ਰੁਪਏ ਦੀ ਵੀਰ ਕਹਿੰਦਾ ਦੇ ਦਾਂਗੇ। ਇਹ ਵੀ ਦੀਵਾਲੀ ਦੇ ਆਫਰ ਆ, ਚੰਗੀ 18-20 ਲੀਟਰ ਵਾਲੀ ਮੱਝ ਦੀ ਕੱਟੀ ਹੈਗੀ, ਉਹ ਤੁਸੀਂ ਕੈਮਰੇ ਤੇ ਖੜੀ ਨਾਲ ਹੀ ਦੇਖ ਸਕਦੇ ਹੋ। ਵੀਰ ਕਹਿੰਦਾ ਹਰਿਆਣੇ ਤੋਂ ਖਰੀਦੀ ਆ, ਇੱਕ ਵੀਰ ਕੋਲੇ ਆਹ ਜਿਹੜੀ ਬਲੂਨ ਕੱਟੀ ਆ, ਹੋਰ 8-7 ਦਿਨਾਂ ਦੀ ਸੂਈ ਹੋਈ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਲੇਵੇ ਦੇ ਵਿੱਚ ਕੋਈ ਵੀ ਇਸ ਟਾਈਮ ਬਲ ਨਹੀਂ ਹੈਗਾ, ਨਾੜਾਂ ਨੂੜਾਂ ਦੀ ਓਕੇ ਆ। ਸਿੰਗ ਦੀ ਕੁਆਲਿਟੀ ਦੇਖ ਸਕਦੇ ਹੋ, ਬੱਚਾ ਨਾਲ ਖੜਾ, 7-7 ਦਿਨਾਂ ਦੀ, ਹਫ਼ਤੇ ਕੁ ਦੀ ਸੂਈ ਹੋਈ ਦੱਸਦਾ ਵੀਰ। ਤੇ ਜੇ ਕੋਈ ਵੀਰ 100 ਕਿਲੋਮੀਟਰ ਦੀ ਰੇਂਜ ਦੇ ਵਿੱਚ ਇਹਨੂੰ ਖਰੀਦਦਾ, ਤਾਂ ਉਹ ਵੀਰ ਕਹਿੰਦਾ ਪਹੁੰਚ ਵੀ ਕਰ ਦਾਂਗੇ 100 ਕਿਲੋਮੀਟਰ ਤੱਕ। ਤੇ ਇਹਦੇ ਵਿੱਚੋਂ 65,000 ਰੁਪਏ ਰੇਟ ਜਿਹੜਾ ਰੱਖਿਆ, ਉਹਦੇ ਵਿੱਚੋਂ 500 ਰੁਪਇਆ ਵੀਰ ਕਹਿੰਦਾ ਮਾਨਦਾਨ ਵੀ ਕਰਾਂਗੇ, ਜਿਹੜਾ ਵੀਰ ਆਊਗਾ ਵੀਡੀਓ ਦੇਖ ਕੇ। ਤੇ ਆ ਮੈਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾਉਣਾ ਝੋਟੀ ਦੇ, ਜਿਹੜੀ ਮਿਲਕ ਵੈਨ ਬਹੁਤ ਚੰਗੀ ਆ ਗਈ, ਚੰਗੇ ਦੁੱਧ ਦੀ ਮਾਲਕਣ ਦੱਸਦਾ ਵੀਰ। ਕਹਿੰਦਾ ਵੀ ਡੰਗ ਦੇ ਉੱਤੇ ਆ ਕੇ ਜਦੋਂ ਪਛਮਾਉਂਦੀ ਆ ਤਾਂ ਥਣ ਥੁਣ ਬਹੁਤ ਚੰਗਾ ਬਜਦੀ ਆ। ਕਲੂਨ ਦੇ ਜਿਹੜੇ ਥਣ ਨੇ ਦੋਸਤੋ, ਉਹ ਦੂਜੇ ਸੂਏ 'ਚ ਜਾ ਕੇ ਪੂਰਾ ਥਣ ਦਾ ਸਾਈਜ਼ ਬਣਦਾ, ਪਰ ਵੀਰ ਕਹਿੰਦਾ ਇਹ ਝੋਟੀ ਜਿਹੜੀ ਪਸਮ ਕੇ ਪੂਰੇ ਥਣ ਦਾ ਸਾਈਜ਼ ਕਰ ਜਾਂਦੀ ਆ। ਮੈਂ ਤੁਹਾਨੂੰ ਦਿਖਾਉਣਾ, ਹਾਈਟ ਦੇ ਵਿੱਚ ਦਰਮਿਆਨੇ ਜੇ ਕੱਦਦੀ ਆ ਦੋਸਤੋ, ਵੱਡੀ ਹਾਈਟ ਦੀ ਨਹੀਂ ਹੈਗੀ ਜ਼ਿਆਦੇ। ਪਿੱਠ ਦੀ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋ, ਪੂੰਹ ਦੇ ਵਿੱਚ ਨੇ ਜਿਹੜੇ 4 ਕਵਾਲ ਵਾਈਟ ਨੇ, ਹੋਰ ਕਿਤੇ ਵਾਈਟ ਨਿਸ਼ਾਨ ਨਹੀਂ। ਸਿੰਗ ਵੀ ਜਿਹੜਾ ਕੰਨੀਦਾਰ ਗੋਲ ਮੁੜਿਆ ਹੋਇਆ ਸਿੰਗਾ, ਬਰੀਕ ਛੋਟੇ ਸਿੰਗ ਦੀ